ਕਿੱਥੇ ਜਾਣਾ ਹੈ? ਕਿੱਥੇ ਜਾਣਾ ਕੀ? ਫਰੈਂਡਸ ਨਾਲ ਕਾਫੀ ਪੀਣ ਜਾਣਾ ਹੈ? ਨਾ, ਵਿਆਹ ਤੋਂ ਬਾਅਦ। ਡੈਡ, ਕੀ ਵਿਆਹ ਤੋਂ ਬਾਅਦ? 18 ਸਾਲਾਂ ਦੀ ਆ ਮੈਂ। ਨਾ, ਫਿਰ ਕੀ ਹੋ ਗਿਆ? ਆਹ ਮਿਸਿਸ ਚਿੰਮਾ ਨੂੰ ਦੇਖ ਲੈ, ਉਹਨਾਂ ਦਾ ਵਿਆਹ ਨਾ 18 ਸਾਲ ਚ ਹੋ ਗਿਆ ਸੀਗਾ। 20 ਸਾਲ ਦੇ ਹੁੰਦੇ ਉਹਨਾਂ ਦੇ ਬੱਚੇ ਵੀ ਹੋ ਗਏ ਸੀਗੇ। ਤੁਸੀਂ ਮਿਸਿਸ ਚਿੰਮਾ ਨੂੰ ਕੱਟ ਦੇਂਗੇ? ਜਿਹੜਾ ਮੈਨੂੰ ਵੀ ਲਾ ਰਿਹਾ ਉਹਨਾਂ ਨੂੰ ਪੂਰਾ ਨਾ। ਛੱਡੋ, ਮੈਂ ਆਪਣੀ ਮਰਜ਼ੀ ਵੀ ਨਹੀਂ ਕਰ ਸਕਦੀ ਹੁਣ। ਨਾ, ਜੇ ਆਪਣੀ ਮਰਜ਼ੀ ਕਰਨੀ ਹੈ ਨਾ ਤਾਂ ਵਿਆਹ ਤੋਂ ਬਾਅਦ। ਹੁਣ ਹਰ ਗੱਲ ਤੁਹਾਨੂੰ ਪੁੱਛਾਂ ਹੈ। ਹਾਲੇ ਅਸੀਂ ਮਰੇ ਨਹੀਂ ਹੈਗੇ, ਸਾਡੇ ਮਰਨ ਤੋਂ ਬਾਅਦ ਕਰੀ ਜੋ ਕਰਨਾ। ਨਾਲੇ ਆਹ ਛੋਟੇ ਜਿਹੇ ਕੱਪੜੇ ਕਾਹਤੋਂ ਪਾਏ ਨੇ? 4 ਸਾਲ ਦੀ ਹੁੰਦੀ ਦੇ ਕੱਪੜੇ ਪਾਈ ਜਾਂਦੀ ਹੈ? ਦੱਸ, ਤੇਰੀ ਮਾਂ ਤੈਨੂੰ ਨਵੇਂ ਕੱਪੜੇ ਦਵਾ ਕੇ ਨਹੀਂ ਦਿੰਦੀ? ਇੰਨੇ ਪੈਸੇ ਦੇਣਾ ਉਹਨੂੰ ਮੈਂ। ਡੈਡ, ਇਹ 2500 ਦੀ ਆ, ਓਕੇ? ਬ੍ਰਾਂਡਡ ਹੈ। ਨਾਲੇ ਛੋਟੇ ਕੱਪੜੇ ਮੈਂ ਤਾਂ ਪਾਉਂਦੀ ਹਾਂ ਕਿਉਂਕਿ ਮੇਰੇ ਸੋਹਣੇ ਲੱਗਦੇ ਨੇ, ਮੈਨੂੰ ਸ਼ੌਂਕ ਆ। ਜੇ ਛੋਟੇ ਕੱਪੜੇ ਪਾਣੇ ਆ ਤਾਂ ਵਿਆਹ ਤੋਂ ਬਾਅਦ। ਨਾਲੇ ਆਹ ਬਾਲ ਜੇ ਲੰਬੇ ਰੱਖਿਆ ਕਰ, ਗੁੱਤ ਬਣਾ ਕੇ ਰੱਖਿਆ ਕਰ। ਛੋਟੇ ਜੇ ਬਾਲ ਰੱਖੇ ਨਾ ਝਾਟੋ ਜੀ ਲੱਗਦੀ ਹੈ। ਡੈਡ, ਮੈਂ ਤਾਂ ਛੋਟੇ ਬਾਲ ਰੱਖੂਗੀ, ਛੋਟੇ ਬਾਲ ਸੋਹਣੇ ਲੱਗਦੇ ਆ, ਮੈਨੂੰ ਵਧੀਆ ਲੱਗਦੇ ਨੇ ਛੋਟੇ ਬਾਲ ਰੱਖੇ, ਆਸਾਨੀ ਹੁੰਦੀ ਹੈ ਹੈਂਡਲ ਕਰਨ ਚ। ਨਾ, ਜਿਹਾ ਛੋਟੇ ਜੇ ਬਾਲ ਰੱਖਣੇ ਨੇ ਨਾ ਤਾਂ ਵਿਆਹ ਤੋਂ ਬਾਅਦ। ਇਸ ਘਰ ਚ ਨਾ ਮੇਰੀ ਕੋਈ ਆਜ਼ਾਦੀ ਹੀ ਨਹੀਂ ਹੈ। ਹੁਣ ਤੈਨੂੰ ਆਜ਼ਾਦੀ ਵੀ ਚਾਹੀਦੀ ਹੈ? ਜੇ ਆਜ਼ਾਦੀ ਚਾਹੀਦੀ ਹੈ ਨਾ ਤਾਂ ਵਿਆਹ ਤੋਂ ਬਾਅਦ। ਡੈਡ, ਮੈਂ ਬੰਦਾ ਨਹੀਂ ਆ। ਬੰਦਾ ਬਣਨਾ ਨਾ ਤਾਂ ਵਿਆਹ ਤੋਂ ਬਾਅਦ। ਓ ਗੋਡ, ਮੈਂ ਤਾਂ ਮਰ ਜਾਣਾ ਹੈ। ਨਾ, ਜੇ ਮਰਨਾ ਨਾ ਹੁਣ ਤਾਂ ਉਹ ਵੀ ਵਿਆਹ ਤੋਂ ਬਾਅਦ। ਚੰਗਾ, ਰੱਖੋ ਤੁਸੀਂ ਆਪਣੀ ਗੱਡੀ ਦੀ ਚਾਬੀ ਆਪਣੇ ਕੋਲ, ਮੈਂ ਕਾਫੀ ਬਣਾ ਕੇ ਘਰੇ ਹੀ ਪੀ ਲੈਂਦੀ ਹਾਂ, ਠੀਕ ਹੈ? ਕਿਤੇ ਨਹੀਂ ਜਾਂਦੀ ਮੈਂ, ਕਿਤੇ ਵੀ ਨਹੀਂ ਜਾਣਾ ਮੈਂ। ਅੱਛਾ, ਚੱਲ ਚੰਗਾ, ਸੁਣ, ਮੇਰੇ ਲਈ ਵੀ ਬਣਾ ਦੀ ਇੱਕ। ਤੁਸੀਂ ਕਹਿ ਦਿਓ ਮੇਰੇ ਡੈਡ ਨੂੰ ਜੇ ਮੇਰੇ ਹੱਥਾਂ ਦੀ ਕਾਫੀ ਪੀਣੀ ਹੈ ਨਾ ਤਾਂ ਵਿਆਹ ਤੋਂ ਬਾਅਦ। ਕੁੜੀ ਦਾ ਹੋ ਚੁੱਕਿਆ ਸੀ ਕਾਲਜ ਕੰਪਲੀਟ, ਤੇ ਬਚਪਨ ਦੇ ਵਿੱਚ ਉਹਦੇ ਘਰ ਦੇ ਇੰਨੀ ਸਖਤਾਈ ਵਰਤਦੇ ਸੀਗੇ ਨਾ ਕਿ ਹੁਣ ਉਹ ਕੁੜੀ ਐਵੇਂ ਦੀ ਹੋ ਚੁੱਕੀ ਹੈ, ਖੁਦ ਹੀ ਦੇਖ ਲਓ। ਨਾ, ਕੀ ਆ, 2 ਦਿਨਾਂ ਬਾਅਦ ਆ ਰਹੀ ਹੈ ਘਰੇ? ਘਰ ਆ ਨਹੀਂ ਰਹੀ, ਵਾਪਸ ਜਾ ਰਹੀ ਹਾਂ। ਏਟੀਐਮ ਕਾਰਡ ਲੈਣ ਆਈ ਸੀ। ਛੇਤੀ ਆ ਜੀ ਘਰੇ। ਉਹ ਮੈਂ ਮੁੜੀ ਆਉਂਦੀ ਘਰੇ? ਕਹਿੰਦੇ ਨੇ ਕਿ ਬੱਚਿਆਂ ਨਾਲ ਇੰਨੀ ਸਖਤਾਈ ਨਾਲ ਵਰਤਿਆ ਕਰੋ ਕਿ ਉਹ ਬਾਅਦ ਹੱਥੋਂ ਤੋਂ ਬਾਹਰ ਹੀ ਹੋ ਜਾਣ।